ਨਜੜ ਪੰਜਾਬੀ ਨਿਊਜ਼ ਤੇ ਤੁਹਾਡਾ ਸਵਾਗਤ ਹੈ ਮੈਂ ਗੁਰਸ਼ਮੀਰ ਸਿੰਘ ਅਸੀਂ ਅੰਮ੍ਰਿਤਸਰ ਈਸਟ ਇਲਾਕੇ ਦੇ ਵਿੱਚ ਖੜੇ ਆ ਇੱਥੇ ਵੋਟਾਂ ਦਾ ਮਾਹੌਲ ਚੱਲ ਰਿਹਾ ਹੈ ਇੱਥੇ ਇੱਕ ਆ ਜਗ੍ਹਾ 40 ਚਾੜੀ ਖੂ ਇਹ 40 ਖੂ ਦਾ ਇਤਿਹਾਸ ਇਹ ਹੈ ਕਿ ਸਾਲ 1902 ਦੇ ਵਿੱਚ ਅੰਮ੍ਰਿਤਸਰ ਸ਼ਹਿਰ ਨੂੰ ਪਾਣੀ ਦੀ ਸਪਲਾਈ ਕਰਨ ਵਾਸਤੇ ਬ੍ਰਿਟਿਸ਼ ਉਸ ਵੇਲੇ ਦੀ ਜਿਹੜੀ ਬ੍ਰਿਟਿਸ਼ ਹਕੂਮਤ ਸੀ ਉਹਨਾਂ ਦੇ ਵੱਲੋਂ ਇਸ ਏਰੀਏ ਦੇ ਵਿੱਚ 40 ਖੂ ਲਗਵਾਏ ਗਏ ਸੀਗੇ ਤੇ 40 ਖੂ ਖੂ ਕਾਫੀ ਧੇਰ ਚੱਲਦੇ ਰਹੇ ਫਿਰ ਪਾਣੀ ਘਟ ਗਿਆ ਸਾਲ 1972 ਦੇ ਵਿੱਚ ਜਿਹੜਾ ਇਹ ਖੂਨ ਨੇ ਜਿਹੜੇ ਬੰਦ ਕਰ ਦਿੱਤੇ ਗਏ ਸੀਗੇ 1980 ਦੇ ਵਿੱਚ ਫਿਰ ਇਹਦੇ ਵਿੱਚ ਬਦਲਾ ਕੀਤਾ ਗਿਆ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਥੀਮ ਪਾਰਕ ਬਣਾਉਣ ਦੀ ਤਜ਼ਵੀਰ ਸੀ ਕਿ ਇਹਨਾਂ ਖੂਆਂ ਨੂੰ ਦਿਖਾਇਆ ਜਾਵੇ ਕਿ ਹਾਂ ਇੱਕ ਹਿਸਟਰੀ ਦੇ ਐਂਗਲ ਤੋਂ ਕਿ ਇੱਥੇ ਖੂ ਪਾਣੀ ਸਪਲਾਈ ਦੇ ਵਾਸਤੇ ਪਹਿਲਾਂ ਚੱਲਿਆ ਕਰਦੇ ਸੀ ਆਹ ਇੱਕ ਪਾਰਕ ਬਣਨਾ ਸੀਗਾ ਤਾਂ ਆਹ ਪਾਰਕ ਅਪਰੂਵ ਹੋਇਆ ਹੋਇਆ ਸੈਂਟਰ ਗਵਰਨਮੈਂਟ ਦੇ ਵੱਲੋਂ ਤਾਂ ਆ ਖੂਦ ਹੀ ਸ਼ਕਲ ਦੇ ਵਿੱਚ ਆ ਜਿਹੜਾ ਇੱਕ ਇੱਕ ਜਿਹੜਾ ਜਿੱਥੇ ਪੁਰਾਣਾ ਖੂਹ ਹੁੰਦਾ ਸੀ ਤਾਂ ਉਹ ਉਸ ਜਗ੍ਹਾ ਨੂੰ ਦਿਖਾਇਆ ਗਿਆ ਆ ਪਾਰਕ ਹੈ ਜਿਹੜੀ ਬਣਨੀ ਸੀ ਇਹ ਨਵਜੋਤ ਸਿੰਘ ਸਿੱਧੂ ਜਦੋਂ ਐਮਪੀ ਹੋਇਆ ਕਰਦੇ ਸੀ ਬੀਜੇਪੀ ਦੇ ਵਿੱਚ ਹੋਇਆ ਕਰਦੇ ਸੀ ਉਦੋਂ ਦਾ ਅਪਰੂਵ ਹੋਇਆ ਹੋਇਆ ਪ੍ਰੋਜੈਕਟ ਹੈ ਤਾਂ ਹਲੇ ਤੱਕ ਇਹ ਹਲੇ ਕਿਸੇ ਸਤਣ ਪਤਣ ਨਹੀਂ ਲੱਗਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਇੱਥੇ ਮਾਹੌਲ ਹੈ ਤੇ ਕਿਸ ਤਰ੍ਹਾਂ ਹਲੇ ਅੰਡਰ ਡਿਵੈਲਪ ਹੈਗਾ ਤੇ ਅਸੀਂ ਅਗੋਂ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਅੱਗੇ ਕਿੱਦਾਂ-ਕਿੱਦਾਂ ਇਹਨਾਂ ਦਾ ਅੱਗੇ ਜਿਹੜੇ ਗਿਣਤੀ ਹੈਗੀ ਆ ਖੂ ਅੱਗੇ ਵੀ ਹੈਗੇ ਆ پارک ਲੰਬੀ ਆ ਕਾਫੀ ਤਾਂ ਅਸੀਂ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਹ ਪ੍ਰੋਜੈਕਟ ਕਿਉਂ ਫਿਰ ਪਿੱਛੇ ਰਹਿ ਗਿਆ ਕਿਉਂ ਇਹ ਹਲੇ ਇਹਨੇ ਜਿਹੜੀ ਦਿਨ ਦਾ ਸੂਰਜ ਆ ਉਹ ਨਹੀਂ ਦੇਖਿਆ ਹੈਗਾ ਸੋ ਇਹ ਆਪਾਂ ਦੇਖ ਸਕਦੇ ਆ ਕਿ ਇਹ ਜਿਹੜਾ ਦੂਸਰ ਜਿਹੜੇ ਖੂ ਨੇ ਇਸ ਤਰ੍ਹਾਂ ਇਸ ਲਾਈਨ ਦੇ ਵਿੱਚ ਇਦਾਂ ਇਦਾਂ ਚੱਲਦੇ ਰਹੇ ਨੇ ਤਾਂ ਇਹ 40 ਖੂ ਸੀਗੇ ਟੋਟਲ ਜਿਹੜੇ ਕਿ ਉਸ ਵੇਲੇ ਦੀ ਬ੍ਰਿਟਿਸ਼ ਹਕੂਮਤ ਦੇ ਵੱਲੋਂ ਸ਼ਹਿਰ ਵਾਸੀਆਂ ਦੀ ਜਿਹੜੀ ਪਾਣੀ ਦੀ ਸਮੱਸਿਆ ਉਸ ਨੂੰ ਪੂਰਾ ਕਰਨ ਦੇ ਲਈ ਪਾਣੀ ਦੀ ਲੋੜ ਨੂੰ ਪੂਰਾ ਕਰਨ ਦੇ ਲਈ ਜਿਹੜੇ ਸੀਗੇ ਲਗਵਾਏ ਗਏ ਸੀਗੇ ਤਾਂ ਉਹ ਜਿਹੜੀ ਹਿਸਟਰੀ ਆ ਜਿਹੜੀ ਉਹਦੀ ਹਿਸਟੋਰਿਕ ਇੰਪੋਰਟੈਂਸ ਹੈ ਜਾਂ ਜਿਹੜਾ ਉਹਦਾ ਸਿਗਨੀਫਿਕੈਂਸ ਹੈ ਉਸ ਨੂੰ ਦਿਖਾਉਣ ਵਾਸਤੇ ਇੱਥੇ ਜਿਹੜਾ ਹੈਗਾ ਆ ਇਹਨੂੰ ਇੱਕ ਥੀਮ ਪਾਰਕ ਦੇ ਰੂਪ ਦੇ ਵਿੱਚ ਡਿਵੈਲਪ ਕਰਨ ਦਾ ਜਿਹੜਾ ਡਿਜ਼ਾਈਨ ਹੈ ਗਵਰਨਮੈਂਟ ਦਾ ਪਰ ਇਹ ਜਿਹੜਾ ਸਾਰਾ ਪ੍ਰੋਜੈਕਟ ਹੈ ਉਹ ਹਾਲ ਫਿਰ ਹਾਲ ਮਤਲਬ ਕਿ ਸੁਸਤ ਰਫਤਾਰੀ ਦਾ ਸ਼ਿਕਾਰ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਰੇ ਸਿੰਬਲ ਸਿੰਬੋਲਿਕਲੀ ਉਹ ਖੂ ਹਲੇ ਐਗਜ਼ਿਸਟ ਕਰਦੇ ਨੇ ਪਰ ਉਸ ਦੇ ਵਿੱਚ ਜਿਹੜੀ ਥੀਮ ਪਾਰਕ ਬਣਨੀ ਸੀ ਉਹ ਪਾਰਕ ਵੀ ਤੁਹਾਨੂੰ ਅੱਗੇ ਚੱਲ ਕੇ ਅਸੀਂ ਦਿਖਾਉਨੇ ਆ ਤੇ ਪਰ ਉਹ ਹਾਲੇ ਤੱਕ ਪੂਰੀ ਨਹੀਂ ਹੋਈ ਹੈਗੀ ਤਾਂ ਉਹ ਕਿਉਂ ਨਹੀਂ ਪੂਰੀ ਹੋ ਸਕੀ ਉਹਦੇ ਪਿੱਛੇ ਕੀ ਰਾਜਨੀਤੀ ਰਹੀ ਹੈ ਜਾਂ ਜਿਹੜੇ ਇੱਥੋਂ ਦੇ ਐਮਪੀ ਨੇ ਜਾਂ ਜਿਹੜੇ ਇੱਥੋਂ ਦੇ ਵਿਧਾਇਕ ਨੇ ਉਹਨਾਂ ਦੀ ਕੋਈ ਅਣਗਹਿਲੀ ਰਹੀ ਹੈ ਕੀ ਸਾਰਾ ਮਸਲਾ ਅਸੀਂ ਇਹ ਸਾਰਾ ਪੱਖ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਦੇ ਵਿੱਚ ਅ ਕਿਉਂ ਇਹ ਸਾਰਾ ਪ੍ਰੋਜੈਕਟ ਜਿਹੜਾ ਹੈਗਾ ਸਿਰੇ ਨਹੀਂ ਲੱਗ ਸਕਿਆ ਤਾਂ ਉਹ ਤੁਸੀਂ ਦੇਖ ਸਕਦੇ ਹੋ ਸਾਹਮਣੇ ਇਹ ਜਿਹੜੀ ਪਾਰਕ ਹੈ ਜਿਹੜੀ ਪਾਰਕ ਨੂੰ ਡਿਵੈਲਪ ਕੀਤਾ ਜਾਣਾ ਸੀ ਇਹਦੇ ਵਿੱਚ ਹੀ ਜ਼ਿਆਦਾ ਖੂਹਾਂ ਦੀ ਗਿਣਤੀ ਇਹਦੇ ਵਿੱਚ ਹੈ ਤਾਂ ਇਹ ਦੇਖ ਸਕਦੇ ਆ ਆਪਾਂ ਉਹ ਜਿਹੜੀ ਇਨਸਕ੍ਰਿਪਸ਼ਨ ਸਲੈਬ ਲੱਗੀ ਹੋਈ ਹੈ ਬਾਹਰ ਉਹਦੇ ਜਿਹੜੇ ਭਾਜੀਪੀ ਦੇ ਨੇਤਾ ਨੇ ਸ਼ਵੇਤ ਮਲਿਕ ਠੀਕ ਹੈ ਭਾਜੀਪੀ ਦੇ ਪ੍ਰਧਾਨ ਵੀ ਰਹੇ ਨੇ ਇਹ ਤਾਂ ਇਹਨਾਂ ਦੇ ਹੀ ਜਿਹੜੀ ਇਨੈਗਰੇਸ਼ਨ ਜਿਹੜੀ ਇਨਸਕ੍ਰਿਪਸ਼ਨ ਸਲੈਬ ਹੈ ਉਹ ਲੱਗੀ ਹੋਈ ਹੈ ਤਾਂ ਆਪਾਂ ਦੇਖਦੇ ਹਾਂ ਕਿ ਇਸ ਸਲੈਬ ਦੇ ਵਿੱਚ ਕੀ ਹੈਗਾ ਕੀ ਇਹ ਇਹ ਜਿਹੜਾ ਸਾਰਾ ਪੱਖ ਹੈ ਇਹ 2012 ਦਸੰਬਰ 2020 ਨੂੰ ਇਨਾਗੂਰੇਟ ਕੀਤਾ ਗਿਆ ਇਹ ਪਾਰਕ ਜਿਹੜਾ ਤਾਂ ਇਹ ਇਸ ਪਾਰਕ ਨੂੰ ਅਸੀਂ ਦੇਖ ਸਕਦੇ ਹਾਂ ਤਾਂ ਆਪਾਂ ਇਹ ਸਾਰਾ ਇਹ ਇਨਾਗੂਰੇਸ਼ਨ ਹੈ ਉਸ ਵੇਲੇ ਦੇ ਜਿਹੜੇ ਪੀ ਡਬਲਯੂ ਡੀ ਦਾ ਜਿਹੜਾ ਪ੍ਰੋਜੈਕਟ ਹੈ ਪੀ ਡਬਲਯੂ ਪੀ ਪਬਲਿਕ ਵਰਕਸ ਡਿਪਾਰਟਮੈਂਟ ਦੇ ਵੱਲੋਂ ਕੀਤਾ ਗਿਆ ਤਾਂ ਆਹ ਲੈ ਸਾਰਾ ਪਾਰਕ ਹੈ ਇਸ ਪਾਰਕ ਦੇ ਅੰਦਰ ਜਿਹੜੀ ਸਾਰੀ ਡਿਵੈਲਪਮੈਂਟ ਹੋਣੀ ਸੀਗੀ ਤਾਂ ਇਹ ਕਿੰਨਾ ਕੁ ਹੋ ਸਕਿਆ ਕਿਉਂ ਨਹੀਂ ਹੋ ਸਕਿਆ ਆਪਾਂ ਕੋਸ਼ਿਸ਼ ਕਰਾਂਗੇ ਕਿ ਲੋਕਾਂ ਨੂੰ ਵੀ ਪੁੱਛੀਏ ਕਿ ਕਿਉਂ ਇੱਥੇ ਨਹੀਂ ਹੋ ਸਕੀ ਡਿਵੈਲਪਮੈਂਟ ਜਾਂ ਕਿਹੜਾ ਪ੍ਰੋਜੈਕਟ ਕਿਉਂ ਰੁਕ ਗਿਆ ਉੱਥੇ ਕੁਝ ਲੋਕ ਨੇ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਲੋਕਾਂ ਨਾਲ ਕਿ ਕਿਉਂ ਮਤਲਬ ਕਿ ਇਹ ਜਿਹੜਾ ਸਾਰਾ ਪਾਕਿਆ ਦੇਖ ਸਕਦੇ ਹੋ ਤੁਸੀਂ ਕਿਦਾਂ ਇਹਦੇ ਤੇ ਰੁੱਖ ਲੱਗੇ ਹੋਏ ਨੇ ਜਿਹੜੇ ਪੁਰਾਣੇ ਉਹ ਕੋਨੇ ਉਹਨਾਂ ਦੇ ਰੁੱਖ ਲੱਗੇ ਹੋਏ ਨੇ ਤਾਂ ਇਹ ਸਾਰਾ ਥੀਮ ਪਾਰਕ ਸੀਗਾ ਤੇ ਆਪਾਂ ਉਹ ਬਾਈ ਜੀ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿੱਦਾਂ ਉਹ ਦੇਖਦੇ ਨੇ ਕਿ ਇੱਥੇ ਕਿੱਦਾਂ ਕਿਉਂ ਇਹ ਪ੍ਰੋਜੈਕਟ ਪੂਰਾ ਨਹੀਂ ਹੋਇਆ ਅੰਕਲ ਜੀ ਸੱਸੀਗਾ ਸੱਸੀ ਬਾਈ ਜੀ ਅਸੀਂ ਨਾ ਪਾਰਕ ਬਾਰੇ ਸਾਨੂੰ ਦੱਸਿਆ ਸੀਗਾ ਵੀ 40 ਖੂਬ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਪੂਰਾ ਨਹੀਂ ਹੋਇਆ ਇੱਥੇ ਕੀ ਬਣਨਾ ਸੀਗਾ ਤੇ ਕੀ ਬਣ ਗਿਆ ਤੇ ਕੀ ਰਹਿ ਗਿਆ ਜੀ ਗੱਲ ਇਹ ਆ ਕਿ ਅਸੀਂ ਇਸ ਦੇ ਬਾਰੇ ਪੂਰੀ ਤਰ੍ਹਾਂ ਨੌਲੇਜ ਨਹੀਂ ਰੱਖਦੇ ਇਸ ਕਰਕੇ ਅਸੀਂ ਪੂਰਾ ਨਹੀਂ ਦੱਸ ਸਕਦੇ پارک ਦੇ ਵਿੱਚ ਬਹੁਤ ਕੁਝ ਬਣਨਾ ਸੀ ਹਾਂ ਜਿਸ ਤਰ੍ਹਾਂ ਕੀ ਐਜ਼ ਅ ਨਾਮ ਰੱਖਿਆ ਗਿਆ ਸੀ ਰੋਜ਼ ਐਵੇਨਿਊ ਪਰ ਕਹਿੰਦਾ ਭਾਬੇ ਇੱਥੇ ਰੋਜ਼ ਐਵੇਨਿਊ ਦਿਖਦਾ ਨਹੀਂ ਇੱਥੇ ਤੇ ਕਲੀਅਰ ਆ ਪਿਆ ਹੋਇਆ ਜੀ ਅੱਛਾ ਇਸ ਕਰਕੇ ਇਹਦੇ ਬਾਰੇ ਮੈਂ ਹੋਰ ਇਸ ਤੋਂ ਬਾਅਦ ਨਹੀਂ ਕੁਝ ਵੀ ਦੱਸ ਸਕਦਾ ਤੁਸੀਂ ਤੁਸੀਂ پارک ਦੇ ਵਿੱਚ ਬੈਠੇ ਹੋ ਤੁਸੀਂ ਇੱਥੇ ਰਹਿਣ ਵਾਲੇ ਹੋ ਮਾੜਾ ਮੋਟਾ ਤੇ ਤੁਹਾਨੂੰ ਪਤਾ ਹੀ ਹੋਏਗਾ ਨਾ ਦੂਰੋਂ ਉਹਨੇ ਆ ਸਿਰਫ ਟਾਈਮ ਪਾਸ ਕਰਨ ਵਾਸਤੇ ਆਉਨੇ ਆ। ਹਾਂ। ਹੋਰ ਸਾਨੂੰ ਇਹਦੇ ਨਾਲ ਕੋਈ ਲਿੰਕ ਨਹੀਂ ਹੈਗਾ। ਕਿਉਂਕਿ ਨਾ ਅਸੀਂ ਸਰਕਾਰੀ ਮੁਲਾਜ਼ਮ ਆ ਨਾ ਹਾਂ ਕੋਈ ਪੈਨਸ਼ਨ ਲੈਣੀ ਹੈ ਕੁਝ ਨਹੀਂ ਹੈਗਾ। ਨਹੀਂ ਤੇ ਮਤਲਬ ਕਿ ਜਿਹੜਾ ਇਹ ਤੁਹਾਨੂੰ ਦੱਸਿਆ ਗਿਆ ਸੀ ਕੀ ਬਣਨਾ ਬਾਰੇ ਦੱਸਿਆ ਗਿਆ ਸੀ ਵੀ ਇਹ ਕੀ ਬਣੇਗਾ। ਇਹ ਚਿਲਡਰਨ ਪਾਰਕ ਵੀ ਬਣੇਗਾ। ਇਹ ਅੱਛਾ ਬਾਗ ਵੀ ਬਣੇਗਾ। ਪਰ ਨਾ ਇੱਥੇ ਬਾਗ ਬਣਿਆ ਤੇ ਨਾ ਇੱਥੇ ਚਿਲਡਰਨ ਪਾਰਕ ਬਣਿਆ। ਆ ਚਾਰ ਝੂਲੇ ਲਾਏ ਹੋਏ ਨੇ ਸਿਰਫ ਇਹ ਦਿਖਾਵਾ ਹੈ। ਅੱਛਾ। ਇਹ ਸਰਕਾਰ ਦਾ ਦਿਖਾਵਾ ਹੈ ਜੀ ਇਹ ਬਣੇ ਹੋਏ ਨੇ ਇਹ ਲੱਗਾ ਹੋਇਆ ਹੈ ਅੱਛਾ ਕਦੀ ਕੋਈ ਸਾਹਿਬ ਆ ਜਾਂਦਾ ਕਦੀ ਕੋਈ ਸਾਹਿਬ ਆ ਜਾਂਦਾ ਸਿਰਫ ਦੇਖਦੇ ਨੇ ਆਪਣਾ ਚੈਲ ਕਦਮੀ ਕਰਦੇ ਨੇ ਆਪਣੇ ਬਿੱਲ ਬਣਾਉਂਦੇ ਨੇ ਤੇ ਨਿਕਲ ਜਾਂਦੇ ਨੇ ਨਿਕਲ ਜਾਂਦੇ ਬਸ ਬਸ ਜੀ ਉਹ ਉਹ ਭਾਜੀ ਨੂੰ ਪੁੱਛ ਲੈਨੇ ਆਪਾਂ ਬਾਈ ਜੀ ਆ ਪਾਰਕ ਪੂਰਾ ਬਣਨਿਆ ਨਹੀਂ ਕਿਉਂ ਨਹੀਂ ਬਣਿਆ ਬਣ ਸਕਿਆ ਪਾਰਕ ਇਹ ਪੂਰਾ ਜੀ ਕੀ ਬਣਨਾ ਸੀ ਇੱਥੇ ਕੀ ਬਣ ਗਿਆ ਕੀ ਰਹਿ ਗਿਆ ਜੀ ਵੇ ਬੈਗ ਟਾਈਮ ਪਾਸ ਕਰ ਜਾਂਦੇ ਆ ਉਹ ਬਸ ਇਹ ਜੀ ਦੀ ਆ ਪਾਰਕ ਦੇ ਇਚ ਜਾ ਕੇ ਤੁਸੀਂ ਅੱਗੇ ਵੇਖ ਲਓ ਸਭ ਨਸ਼ੇੜੀ ਬੈਠੇ ਨੇ ਆ ਲੈਣਾ ਤੇ ਬੈਠੇ ਆ ਟੀਕੇ ਜਾ ਕੇ ਵੇਖ ਲਓ ਵੀ ਕਿੰਨੇ ਕਿ ਖੇល ਰਹੇ ਆ ਅੱਛਾ ਹਾਂ ਤੇ ਇਥੇ ਨਸ਼ੇ ਕਰਦੇ ਨੇ ਲੋਕ ਆ ਕੇ ਉਹ ਵੇਖੋ ਜਾ ਕੇ ਗਾੜੀ ਤੁਸੀਂ ਆਪੇ ਫੋਟੋ ਖਿੱਚੋ ਤੇ ਆਪੇ ਪਤਾ ਲੱਗ ਜੇ ਤੁਹਾਨੂੰ ਅੱਛਾ ਜੀ ਨਹੀਂ ਵੈਸੇ ਇਹ ਸਰਕਾਰੀ ਜਿਹੜਾ ਪ੍ਰੋਜੈਕਟ ਸੀਗਾ ਉਹ ਪ੍ਰੋਜੈਕਟ ਚ ਸਾਨੂੰ ਦੱਸਿਆ ਗਿਆ ਕਿ ਰੋਜ਼ ਗਾਰਡਨ ਬਣਨਾ ਸੀ ਇੱਥੇ ਉਹ ਕਿਉਂ ਨਹੀਂ ਬਣਿਆ ਰੋਜ਼ ਗਾਰਡਨ ਲਾ ਸਕੇ ਵੀ ਕਿਹੜਾ ਰੋਜ਼ ਗਾਰਡਨ ਬਣਨਾ ਵਾ ਕੋਈ ਵੀ ਇਹੀ ਲਿਆ ਤੁਸੀਂ ਰੋਜ਼ ਗਾਰਡਨ ਕਿੰਨਾਗਾ ਅੱਛਾ ਤੇ ਜਦੋਂ ਤੁਸੀਂ ਬਣੀਆਂ ਉਹ ਵੀ ਟੁੱਟ ਗਿਆ ਨੇ ਨਹੀਂ ਜਿਹੜੀਆਂ ਸਭ ਤੋਂ ਪਹਿਲਾਂ ਬਣੀਆਂ ਸੀ ਵਧੀਆ ਸੀ ਨਾ ਜਿਹੜਾ ਤੁਸੀਂ ਜਦੋਂ ਛੋਟੇ ਛੋਟੇ ਹੁੰਦੇ ਸੀਗੇ ਪਹਿਲਾਂ ਇੱਥੇ ਕੀ ਹੁੰਦਾ ਸੀ ਕਿਦਾਂ ਦਾ ਹੁੰਦਾ ਸੀ ਇਹ ਜੋ ਕੁਝ ਉਦੋਂ ਸੀ ਉਹੋ ਹੀ ਕੁਝ ਹੋਣਾ ਅੱਛਾ ਕੁਝ ਨਹੀਂ ਬਦਲਿਆ ਪੈਸਾ ਕਿੱਥੇ ਲਾਤਾ ਸਿਰਫ ਚਾਰ ਦੁਆਰੀ ਤੇ ਲਾਇਆ ਅੱਛਾ ਹੋਰ ਕਿੱਥੇ ਲਾਇਆ ਪੈਸਾ ਵੇਖ ਲਓ ਤੁਸੀਂ ਅੱਛਾ ਤੇ ਤੁਸੀਂ ਇਹ ਖੂਖਾ ਚੱਲਦੇ ਦੇਖੇ ਨੇ ਨਹੀਂ ਜੀ ਅੱਛਾ ਸ਼ੁਰੂ ਤੋਂ ਬੰਦੀ ਨੇ ਬੰਦੀ ਬੰਦੀ ਠੀਕ ਹੈ ਚਲੋ ਅਸੀਂ ਅੱਗੇ ਜਾ ਕੇ ਦੇਖਣ ਦੀ ਕੋਸ਼ਿਸ਼ ਕਰਦੇ ਆਂ ਸਾਰੇ ਨਾਲੇ ਫੋਟੋ ਲਿਓ ਇਹਨੇ ਕਾਗਜ਼ੀ ਫਿੱਲੇ ਦੇ ਜਿਹੜੇ ਨਾ ਉਹ ਲਿਓ ਫੋਟੋ ਤੇ ਇਹ ਸਾਰਾ ਜਿਹੜਾ ਇਹ ਪਾਰਕ ਆ ਇਹ ਪਾਰਕ ਦੇ ਵਿੱਚ ਕਹਿੰਦੇ ਵੀ ਕੁਝ ਨਹੀਂ ਬਣਿਆ ਹੈਗਾ ਤੋਂ ਇਹ ਲੋਕਾਂ ਦਾ ਕਹਿਣਾ ਇੱਥੇ ਤੇ ਅਸੀਂ ਕੋਸ਼ਿਸ਼ ਇਹੀ ਕਰਦੇ ਆਂ ਭਾਈ ਇੱਥੇ ਕਿਵੇਂ ਆਏ ਹੋ ਤੁਸੀਂ ਆਏ ਤੇ ਭਾਈ ਘੁੰਮਣ ਫਿਰਨ ਆਏ ਆ ਘੁੰਮਣ ਕੀ ਘੁੰਮਦੇ ਹੋ ਇੱਥੇ ਕੀ ਹੈ ਘੁੰਮਣ ਵਾਸਤੇ ਬਣਾ ਤੇ ਬਾਗ ਨੇ ਅੱਛਾ ਆਏ ਕੋ ਮਨਾਤੇ 10 ਮਿੰਟ ਬੰਦਾ ਘੁੰਮ ਫਿਰ ਲੈਂਦਾ ਟਾਈਮ ਪਾਸ ਹੋ ਜਾਂਦਾ ਹਾਂ 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 ਬਸ ਇਸ ਲਈ ਕਿੰਨੀ ਵਾਰੀ ਆਉਂਦੇ ਹੋ ਟਾਈਮ ਪਾਸ ਕਰਨ ਇਹ ਤੇ ਹੁਣ ਹਫਤੇ ਚੱਕਰੀ ਆਏ ਅੱਛਾ ਇੱਕ ਵਾਰੀ ਆਏ ਅੱਜ ਹੀ ਆਏ ਆ ਛੁੱਟੀ ਹੋ ਗਈ ਤਾਂ ਕਰਕੇ ਅੱਛਾ ਤੇ ਹੋਰ ਕਹਿੰਦੇ ਇੱਥੇ ਮਤਲਬ ਕੀ ਵਧੀਆ ਇੱਥੇ ਹੋਰ ਤੁਹਾਡੇ ਯਾਰ ਦੋਸਤ ਵੀ ਨੇ ਯਾਰ ਦੋਸਤ ਹੀ ਨੇ ਸਾਰੇ ਆ ਵੇਖੋ ਭਰਾ ਹੀ ਹੈਗੇ ਨੇ ਆਪਣੇ ਆ ਪਾਪਾ ਜੀ ਆਪਣੇ ਸਾਰੇ ਆਪਣੇ ਵਾਗਰ ਹੈਗੇ ਨੇ ਅੱਛਾ ਤੇ ਤੁਹਾਨੂੰ ਮਜ਼ਾ ਆ ਰਿਹਾ ਇੱਥੇ ਬਰਗ ਜਾ ਮਾਰਾ ਹੀ ਮਜ਼ਾ ਹੀ ਮਜ਼ਾ ਆ ਰਿਹਾ ਇਹ ਦੱਸੋ ਅੱਛਾ ਔਰ ਮਾੜੇ ਲੋਗ ਮਾੜੇ ਬੰਦੇ ਕੀ ਕਰਨਾ ਹੀ ਤੁਹਾਨੂੰ ਪਤਾ ਕਿ ਸ਼ੌਕਾਰਾਂ ਦੀ ਅਸੀਂ ਰੀਸ ਨਹੀਂ ਹੈ ਹਸਤੇ ਖੇਡ ਤੇ ਭੁੱਖੇ ਵੀ ਨੰਗੇ ਵੀ ਤਾਂ ਵੀ ਹੁੰਦਾ ਰੱਜੇ ਵੀ ਹੁੰਦਾ ਅੱਛਾ ਬਸ ਤੇ ਮਲੇਗੀ ਤੁਹਾਡੀ ਦੀਵਾਲੀ ਸਦਾ ਹੀ ਹੈ ਸਾਡੀ ਦੀਵਾਲੀ ਸਦਾ ਹੀ ਹੈ ਮਹਾਰਾਜ ਅੱਛਾ ਤੇ ਇੱਥੇ ਹੁਣ ਵੋਟਾਂ ਪੈਂਡੀਆਂ ਨੇ ਕਿਹੜੀ ਪਾਰਟੀ ਸਪੋਰਟ ਕਰੋਗੇ ਹੁਣ ਭਾਜੀ ਆਪਾਂ ਨੂੰ ਤਾਂ ਪਤਾ ਨਹੀਂ ਆਪਾਂ ਓਟ ਕਦੀ ਪਾਈ ਨਹੀਂ ਤਾਂ ਨਹੀਂ ਅਸੀਂ ਪੂਣੀ ਕੇ ਹਨ ਅੱਛਾ ਤੇ ਠੀਕ ਹੈ ਤੇ ਸਿੱਧੂ ਨੂੰ ਜਾਣਦੇ ਹੋ ਸਿੱਧੂ ਨਵਜੋਸ ਸਿੱਧੂ ਤੁਹਾਨੂੰ ਜਾਣਦੇ ਮਹਾਰਾਜ ਹੈ ਇਹ ਤਾਂ ਸਿੱਧੂ ਕਿਵੇਂ ਦਾ ਲੀਡਰ ਹੈ ਲੀਡਰਾਂ ਜਿੱਦਾਂ ਦਾ ਵੀ ਆ ਆਪਾਂ ਨੂੰ ਤੇ ਕਦੀ ਅਸੀਂ ਇੰਨੇ ਚੱਕਰ ਨਹੀਂ ਪਏ ਭਾਈ ਆਪਾਂ ਵੀ ਸਿੱਧੀ ਗੱਲ ਦੱਸਾਂਦੇ ਆਈ ਤੇ ਆਪਣਾ ਟਾਈਮ ਪਾਸ ਕਰੀਦਾ ਵਾ ਅੱਛਾ ਟਾਈਮ ਪਾਸ ਕਦੀ ਲੀਡਰਾਂ ਲੂਟਰਾਂ ਦੇ ਇੰਨੇ ਚੱਕਰਾਂ ਤੋਂ ਤੋ ਇਹ ਅਸੀਂ ਇੱਕ ਤੁਹਾਨੂੰ ਪੱਖ ਦਿਖਾਇਆ ਇੱਥੇ ਸਾਰਾ ਕਿ ਆਲਰੇਡੀ ਪਾਰਕ ਹੈ ਇਹ ਲੋਕ ਜਿਹੜੇ ਨੇ ਇੱਥੇ ਲੋਕ ਨਸ਼ਾ ਵੀ ਕਰਦੇ ਨੇ ਤੇ ਇੱਥੇ ਲੋਕ ਆ ਕੇ ਰਹਿੰਦੇ ਵੀ ਨੇ ਤਾਂ ਇਹ ਸਾਰਾ ਪ੍ਰੋਜੈਕਟ ਹੈ ਜੀ ਇਹ ਜਿਹੜਾ ਸਾਰਾ ਪ੍ਰੋਜੈਕਟ ਬਣਨਾ ਸੀਗਾ ਸਰਕਾਰ ਦੇ ਵੱਲੋਂ ਉਹ ਪੂਰਾ ਨਹੀਂ ਹੋਇਆ ਹੈਗਾ ਤੇ ਇਹ ਅਮਰਸਰ ਈਸਟ ਦੇ ਵਿੱਚ ਇਲਾਕਾ ਪੈਂਦਾ ਤੇ ਹੁਣ ਇਹਦਾ ਜਵਾਬ ਜਿਹੜੇ ਨੇ ਸਮੇਂ ਦੇ ਵਿਧਾਇਕ ਦੇ ਸਕਦੇ ਨੇ ਜਾਂ ਹੋਰ ਜਿਹੜੇ ਲੀਡਰ ਨੇ ਉਹ ਦੇ ਸਕਦੇ ਨੇ ਪਰ ਇਹ ਜਿਹੜੀ ਪਾਰਕ ਹੈ ਹਲੇ ਵੀ ਸਰਕਾਰ ਦਾ ਜਿਹੜਾ ਉਡੀਕ ਰਹੀ ਹੈ ਕਿ ਸਰਕਾਰ ਦੇ ਵੱਲੋਂ ਇੱਥੇ ਜੋ ਵਾਦਾ ਕੀਤਾ ਗਿਆ ਸੀ ਉਸ ਢੰਗ ਦੇ ਨਾਲ ਇਹਨੂੰ ਡਿਵੈਲਪ ਕੀਤਾ ਜਾਵੇ ਰੋਜ਼ ਗਾਰਡਨ ਬਣਾਇਆ ਜਾਵੇ ਤੇ ਇਸ ਕਿਸਮ ਦੇ ਜਿਹੜੇ ਹੋਰ ਬਹੁਤ ਸਾਰੇ ਪ੍ਰੋਜੈਕਟ ਨੇ ਸਰਕਾਰਾਂ ਦੇ ਇਦਾਂ ਹੀ ਵਿੱਚ ਅੱਧਵਜਕਾਰ ਰੋਲੇ ਫਿਰਦੇ ਨੇ ਉਸੇ ਤਰ੍ਹਾਂ ਹੀ ਆ ਜਿਹੜਾ ਪ੍ਰੋਜੈਕਟ ਹੈ ਉਹ ਰੁਲਿਆ ਹੋਇਆ ਤਾਂ ਇਹ ਇੱਕ 40 ਖੂ ਜਿਹੜਾ ਪ੍ਰੋਜੈਕਟ ਹੈ ਉਹਦੀ ਤੁਹਾਨੂੰ ਅਸਲੀਅਤ ਅਸੀਂ ਦਸੀਏ ਧੰਨਵਾਦ